ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਗੁਰਮੀਤ ਨਿੱਜਰ ਅੱਜ ਅਸੀਂ ਪਹੁੰਚ ਚੁੱਕੇ ਹਾਂ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਹੈ ਇਹ ਇਕੱਠ 7 ਤਰੀਕ ਨੂੰ ਪਟਿਆਲਾ ਵਿਖੇ ਹੋਣ ਵਾਲੀ ਜਬਰ ਵਿਰੋਧੀ ਰੈਲੀ ਦੇ ਸੰਬੰਧ ਵਿੱਚ ਹੋਣ ਜਾ ਰਿਹਾ ਹੈ ਜਿਸ ਨੂੰ ਸੰਬੋਧਨ ਕਰਨ ਵਾਸਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵੀ ਪਹੁੰਚ ਰਹੀ ਹੈ ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਜਿੱਥੇ ਵਿਰੋਧੀ ਧਿਰ ਵੱਲੋਂ ਪਟਿਆਲਾ ਵਿਖੇ 7 ਤਰੀਕ ਨੂੰ ਰੈਲੀ ਕੀਤੀ ਜਾ ਰਹੀ ਹੈ ਉੱਥੇ ਸੱਤਾ ਧਿਰ ਵੱਲੋਂ ਵੀ ਬਾਦਲ ਦੇ ਹਲਕਾ ਲੰਮੀ ਵਿਖੇ ਇੱਕ ਰੈਲੀ ਕੀਤੀ ਜਾ ਰਹੀ ਹੈ ਜਿਸ ਦਾ ਹਰ ਪਾਰਟੀ ਵਰਕਰਾਂ ਦੇ ਵਿੱਚ ਇੱਕ ਬੜਾ ਸਸਪੰਚ ਪੈਦਾ ਹੋਇਆ ਹੈ ਕਿ ਮੌਜੂਦਾ ਧਿਰ ਨੂੰ ਕਿਉਂ ਕਰਨੀਆਂ ਪੈ ਰਹੀਆਂ ਨੇ ਰੈਲੀਆਂ ਇਸ ਬਾਰੇ ਆਪਾਂ ਜਾਣਦੇ ਹਾਂ ਪਹੁੰਚਣ ਵਾਲੇ ਵਰਕਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਕੋਲੋਂ ਅੱਜ ਜਿਹੜੇ ਸੁਖਬੀਰ ਬਾਦਲ ਆ ਰਹੇ ਹੈਗੇ ਨੇ ਅਤੇ ਲੁਧਿਆਣਾ ਦੇ ਵਿੱਚ ਆ ਰਹੇ ਨੇ ਅਤੇ ਮੁਸਲਿਮ ਸਮੁਦਾਇ ਵੱਲੋਂ ਕੀ ਸਹਿਯੋਗ ਕੀਤਾ ਜਾ ਰਿਹਾ ਹੈ ਅੱਜ ਦੀ ਉਸ ਦੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਮਜੀਠੀਆ ਜੀ ਨੂੰ ਲੁਧਿਆਣਾ ਪਹੁੰਚੇ ਅਤੇ ਜਿੱਥੇ ਜੀ ਆਇਆ ਕਹਿ ਰਹੇ ਨੇ ਉੱਥੇ ਮੁਸਲਿਮ ਵਿੰਗ ਲੁਧਿਆਣਾ ਵੱਲੋਂ ਜਿਹੜਾ ਅੱਜ ਬਹੁਤ ਵੱਡੇ ਪੱਧਰ 'ਤੇ ਜਿਹੜੀ ਤਿਆਰੀ ਕੀਤੀ ਜਾ ਰਹੀ ਪਟਿਆਲਾ ਰੈਲੀ ਦੀ ਪਟਿਆਲੇ ਦੇ ਅੰਜੂ ਜਿਹੜਾ ਸਾਡਾ ਕੁਰੇਸ਼ੀ ਭਾਈਚਾਰਾ ਵਾ ਖਾਸਕਰ ਮੁਸਲਿਮ ਭਾਈਚਾਰਾ ਉਹ ਸਾਰਾ ਉਹ ਪਹਿਲੇ ਤੋਂ ਤਿਆਰੀ ਕਰ ਚੁੱਕਾ ਅਤੇ ਲੁਧਿਆਣੇ ਦੇ ਵਿੱਚ ਜਿਹੜੀ ਮੁਸਲਿਮ ਵਿੰਗ ਦੀ ਡਿਊਟੀ ਲੱਗੀ ਹੈ ਸਰਦਾਰ ਰਣਜੀਤ ਸਿੰਘ ਢਿੱਲੋਂ ਰਾਹੀਂ ਮਹਿੰਦਰ ਗਰੇਵਾਲ ਰਾਹੀਂ ਉਹਦੀ ਅਸੀਂ ਬੜੀ ਵੱਡੇ ਪੱਧਰ 'ਤੇ ਤਿਆਰੀ ਕੀਤੀ ਨੇ ਉਹਦੇ ਅਜਿਹਾ ਵਿਸ਼ਵਾਸ ਆਪਾਂ ਦਿਵਾਉਣਾ ਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਕਿ ਜਿਹੜੀ ਪਟਿਆਲਾ ਰੈਲੀ ਹੋਣ ਜਾ ਰਹੀ ਹੈ ਆਪਾਂ ਕਾਂਗਰਸ ਸਰਕਾਰ ਜੀ ਅਤੇ ਵਿਰੋਧੀ ਜਿਹੜਾ ਹੈ ਲੁਧਿਆਣਾ ਦੇ ਵਿੱਚ ਕਿੰਨੇ ਪਰਸੈਂਟ ਮੁਸਲਿਮ ਵੋਟ ਹੈਗੇ ਹੈ ਜੀ ਅੱਜ ਦੇ ਡੇਟ 'ਤੇ ਲੁਧਿਆਣੇ ਦੇ ਅੰਦਰ ਤਕਰੀਬਨ ਜਿਹੜੀ ਹੈ ਉਹ 15 ਤੋਂ 20% ਵੋਟ ਹੈਗੀ 20% ਮੁਸਲਿਮ ਵੋਟ ਦੇ ਹੋਣ ਦੇ ਬਾਵਜੂਦ ਵੀ ਜਿਹੜੀ ਇਹਨਾਂ ਨੇ ਕੱਲ੍ਹ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਲੁਧਿਆਣਾ ਦਾ ਉਹਦੇ ਅਕੋਰਡਿੰਗ ਮੁਸਲਿਮ ਭਾਈਚਾਰੇ ਨੂੰ ਪ੍ਰੋਪਰ ਜਗ੍ਹਾ ਨਹੀਂ ਦਿੱਤੀ ਗਈ ਸਥਾਨ ਪ੍ਰੋਪਰ ਜਿਹੜੇ ਵਰਕਰਾਂ ਨੂੰ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜਿਹੜੀ ਪ੍ਰੈਸ ਦੇ ਵਿੱਚ ਲਿਸਟ ਰਿਲੀਜ਼ ਹੋਈ ਹੈ ਉਹ ਪ੍ਰੋਪਰ ਰਿਲੀਜ਼ ਨਹੀਂ ਹੋਈ ਕਿਉਂਕਿ 4 ਵੱਡੇ ਜਿਹੜੇ ਅਹੁਦੇ ਆ ਉਹ ਮੁਸਲਿਮ ਭਾਈਚਾਰੇ ਨੂੰ ਦਿੱਤੇ ਗਏ ਆ ਅਤੇ ਪਹਿਲੀ ਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੁਸਲਿਮ ਵਿੰਗ ਜਿਹੜਾ ਬਣਾਇਆ ਇਤਿਹਾਸਕ ਹੈ ਅਤੇ ਉਹਦੇ ਵਿੱਚ ਜਿਹੜਾ ਕਿ ਮੈਂ ਜ਼ਿਲ੍ਹਾ ਪ੍ਰਧਾਨ ਹੈ ਮੁਸਲਿਮ ਵਿੰਗ ਦਾ ਅਤੇ ਹੋਰ ਵੀ ਮੈਂਬਰ ਤੋਂ ਲੈ ਕੇ ਕੋਰ ਕਮੇਟੀ ਤੋਂ ਲੈ ਕੇ 77 ਜਨਰਲ 77 ਵਾਈਸ ਪ੍ਰੈਜੀਡੈਂਟ ਸਾਰੇ ਮੁਸਲਮਾਨ ਭਾਈਚਾਰੇ ਬਹਿ ਨੇ ਜਿਹੜੀ ਲਿਸਟ ਹੁਣ ਪ੍ਰੈਸ ਰਿਲੀਜ਼ ਹੋ ਗਈ ਕੁਝ ਕਲੀਅਰ ਹੋ ਤਕਰੀਬਨ 17 ਮੁਸਲਿਮ ਨੇ ਇਹਦੇ ਵਿੱਚ ਜੀ ਜਿਹੜੇ ਵੀ ਮੁਸਲਿਮ ਭਾਈਚਾਰੇ ਨਾਲ ਰਿਲੇਟਡ ਇਹਨਾਂ 17 ਆਉਂਦੇ ਨੇ ਸਾਰੇ ਉਸ ਕੱਲ੍ਹ ਦੀ ਲਿਸਟ ਦੇ ਵਿੱਚ ਜਦੋਂ ਕਿ 200 ਤੋਂ ਉੱਪਰ ਬੰਦੇ ਲਿਸਟ ਜਾਰੀ ਕੀਤੀ ਗਈ ਹੈ ਉਹਦੇ ਹਿਸਾਬ ਨਾਲ ਜੇ ਆਪਾਂ 20% ਵੋਟਾਂ ਦੀ ਗਿਣਤੀ ਕਰੀਏ ਤਾਂ 1-2% ਹੀ ਬੈਠਦੇ ਨੇ ਕਿ ਮੁਸਲਿਮ ਭਾਈਚਾਰੇ ਨੂੰ ਕਿਤੇ ਨਜ਼ਰਅੰਦਾਜ਼ ਨਹੀਂ ਕੀਤਾ ਗਿਆ ਨਹੀਂ ਅਕਾਲੀ ਦਲ ਤਾਂ ਮੁਸਲਿਮ ਭਾਈਚਾਰੇ ਨੂੰ ਨਜ਼ਰਅੰਦਾਜ਼ ਬਿਲਕੁਲ ਨਹੀਂ ਕਰਦੀ ਕਿਉਂਕਿ ਹਜੇ ਹੋਰ ਲਿਸਟ ਹਜੇ ਬਾਕੀ ਆ ਕੋਰ ਕਮੇਟੀ ਵਗੈਰਾ ਦੀ ਅਤੇ ਹੋਰ ਜਿਹੜੀ ਜ਼ਿੰਮੇਵਾਰੀਆਂ ਦੇਣੀਆਂ ਨੇ ਉਹ ਸਲਾਹ ਮਸ਼ਵਰਾ ਕਰਕੇ ਦੇਣੀਆਂ ਨੇ ਇਸ ਕਰਕੇ ਜਿਹੜੇ ਮੁਸਲਮਾਨ ਭਾਈਚਾਰੇ 'ਚ ਮਿਹਨਤੀ ਵਰਕਰ ਨੇ ਹਜੇ ਉਹਨਾਂ ਨੂੰ ਅਗਲੀ ਲਿਸਟਾਂ ਵਾਸਤੇ ਰੋਕ ਕੇ ਰੱਖਿਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਕਲੀਅਰ ਕਰ ਦਿੱਤੀ ਜਿਹੜੇ ਅਸਤੀਫੇ ਦਿੱਤੇ ਜਾ ਰਹੇ ਨੇ ਅਕਾਲੀ ਦਲ ਦੇ ਵੱਡੇ ਅਹੁਦੇਦਾਰਾਂ ਵੱਲੋਂ ਬਹਾਨੇ ਲਗਾਏ ਜਾ ਰਹੇ ਨੇ ਕਿ ਉਹ ਬਜ਼ੁਰਗ ਹੋ ਗਏ ਨੇ ਬਿਮਾਰ ਨੇ ਕੀ ਅਕਾਲੀ ਦਲ ਦੀ ਆਪਾਂ ਅੱਜ ਗੱਲ ਕਰੀਏ ਕਿ ਜਿਹੜਾ ਬੰਦਾ ਬਿਮਾਰ ਹੋ ਜਾਂਦਾ ਹੈ ਤਾਂ ਉਹ ਸੇਵਾ ਨਹੀਂ ਕਰ ਸਕਦਾ ਜਾਂ ਜਿਹੜਾ ਬੰਦਾ ਬਜ਼ੁਰਗ ਹੋ ਜਾਂਦਾ ਉਹ ਸੇਵਾ ਨਹੀਂ ਕਰ ਸਕਦਾ ਜਿੱਥੇ ਤੱਕ ਮੈਨੂੰ ਅਕਾਲੀ ਦਲ ਦਾ ਇਤਿਹਾਸ ਪਤਾ ਬਜ਼ੁਰਗਾਂ ਜਾਂ ਬਿਮਾਰਾਂ ਦੇ ਵਾਲੀ ਅਕਾਲੀ ਦਲ 'ਚ ਕੋਈ ਕਦੇ ਗੱਲ ਨਹੀਂ ਹੋਈ ਇਹ ਹੋ ਸਕਦਾ ਕਿ ਅਕਾਲੀ ਦਲ ਇੱਕ ਪਰਿਵਾਰ ਹੈ ਅਤੇ ਇਸ ਤਰ੍ਹਾਂ ਦਾ ਕੋਈ ਵੀ ਪਰਿਵਾਰ ਜਿਹਦੇ ਅੰਦਰ ਮਾੜੇ ਮੋਟੇ ਮਤਭੇਦ ਨਹੀਂ ਹੁੰਦੇ ਅਤੇ ਪਰਿਵਾਰਕ ਤੌਰ 'ਤੇ ਅੰਦਰ ਦੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ ਕਿ ਮੀਡੀਆ 'ਚ ਅੰਦਰ ਨਹੀਂ ਕਰ ਸਕਦੀਆਂ ਨੇ ਇਹ ਸਾਡਾ ਆਪ ਦਾ ਆਪਸ ਦਾ ਘਰ ਦਾ ਮਾਮਲਾ ਅਸੀਂ ਬੈਠ ਕੇ ਸੁਲਝਾ ਲਾਂਗੇ ਕੋਈ ਵੱਡੀ ਗੱਲ ਅੱਜ ਦੀ ਜੇ ਗੱਲ ਕਰੀਏ ਜਿਹੜੀ ਇਸ ਜਗ੍ਹਾ ਦੇ ਉੱਪਰ ਹੀ ਮੀਟਿੰਗ ਰੱਖੀ ਗਈ ਹੈ ਇਹ ਕੀ ਇਸ਼ਾਰਾ ਕਰਦੀ ਹੈ ਸਿਰਫ ਇਹੀ ਗੁਰਦੁਆਰਾ ਸਾਹਿਬ ਕਿਉਂ ਚੁਣਿਆ ਗਿਆ ਜਦੋਂ ਕਿ ਆਪਾਂ ਅੱਗੇ ਗਿਣਦੇ ਹਾਂ ਕਿ ਮੱਕੜ ਸਾਹਿਬ ਦਾ ਗੁਰਦੁਆਰਾ ਬੜਾ ਮਸ਼ਹੂਰ ਹੈ ਸ਼ਹਿਰ ਦੇ ਵਿੱਚ ਅਤੇ ਮੱਕੜ ਸਾਹਿਬ ਨਾਰਾਜ਼ ਚੱਲਦੇ ਆ ਰਹੇ ਨੇ ਅਕਾਲੀ ਦਲ ਦੇ ਨਾਲ ਪਿੱਛੇ ਦਿਨਾਂ ਤੋਂ ਮੱਕੜ ਸਾਹਿਬ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਬਹੁਤ ਵੱਡੇ ਪੱਧਰ 'ਤੇ ਸੇਵਾ ਕੀਤੀ ਅਕਾਲੀ ਦਲ ਦੀ ਬਾਦਲ ਸਾਹਿਬ ਦੇ ਬਹੁਤ ਨਜ਼ਦੀਕ ਨੇ ਜਿੱਥੇ ਤੱਕ ਨਾਰਾਜ਼ਗੀ ਦਾ ਸਵਾਲ ਹੈ ਅਤੇ ਮੈਂ ਸਮਝਦਾ ਬਿਲਕੁਲ ਮੱਕੜ ਸਾਹਿਬ ਨਾਰਾਜ਼ ਨਹੀਂ ਹੋ ਸਕਦਾ ਕੋਈ ਕਦਾ ਮਤਭੇਦ ਜ਼ਰੂਰ ਹੋਵੇ ਇਸ ਨੂੰ ਬੈਠ ਕੇ ਹੱਲ ਕਰ ਲਿਆ ਜਾਵੇਗੀ ਕੋਈ ਵੱਡੀ ਗੱਲ ਨਹੀਂ ਅੱਜ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਸੁਖਬੀਰ ਬਾਦਲ ਸਾਹਿਬ ਮੱਕੜ ਸਾਹਿਬ ਦੇ ਕੋਲ ਲੰਚ ਕਰਨ ਜਾ ਰਹੇ ਨੇ ਜੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੱਕੜ ਸਾਹਿਬ ਨੂੰ ਦੁਬਾਰਾ ਫਿਰ ਐਸਜੀਪੀਸੀ ਦੀ ਪ੍ਰਧਾਨਗੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ ਸੁਖਬੀਰ ਦੀ ਪਾਰਟੀ ਪ੍ਰਧਾਨ ਨੇ ਇਸ਼ਾਰਾ ਕਿਹੜੇ ਪਾਸੇ ਕਰ ਰਿਹਾ ਜੀ ਸੁਖਬੀਰ ਜੀ ਪਾਰਟੀ ਪ੍ਰਧਾਨ ਨੇ ਉਹ ਪਾਰਟੀ ਦੇ ਹਿੱਤ ਵਿੱਚ ਹਮੇਸ਼ਾ ਅੱਛਾ ਫੈਸਲਾ ਲੈਂਦੇ ਨੇ ਜੋ ਵੀ ਉਹਨਾਂ ਨੂੰ ਜਾਂ ਕੋਰ ਕਮੇਟੀ ਦੇ ਮੈਂਬਰਾਂ ਨੂੰ ਫੈਸਲਾ ਪਾਰਟੀ ਦੇ ਹੱਕ 'ਚ ਅੱਛਾ ਲੱਗੇਗਾ ਉਹ ਕੀਤਾ ਜਾਏਗਾ ਤਾਂ ਸਾਰੇ ਵਰਕਰ ਜੋ ਵੀ ਉਹ ਫੈਸਲਾ ਲੈਣਗੇ ਉਹ 'ਤੇ ਤੰਦੀ ਇਹਨਾਂ ਨੂੰ ਪਹਿਰਾ ਦੇਣਗੇ ਕੁਛ ਹੋਰ ਤੁਸੀਂ ਕਹਿਣਾ ਚਾਹੋਗੇ ਜੀ ਲੁਧਿਆਣੇ ਦੀ ਰਾਜਨੀਤੀ ਜਾਂ ਕੱਲ੍ਹ ਲੁਧਿਆਣੇ ਦੀ ਰਾਜਨੀਤੀ ਵਾਸਤੇ ਜਿੱਥੇ ਕਿ ਪਟਿਆਲਾ 'ਚ ਰੈਲੀ ਕਰਨ ਜਾ ਰਹੇ ਸਾਡੀ ਵੱਡੀ ਕਾਮਯਾਬੀ ਇਸ ਤੋਂ ਪਤਾ ਲੱਗ ਰਹੀ ਹੈ ਕਿ ਕਾਂਗਰਸ ਡਰ ਗਈ ਸੱਤਾ ਪੱਖ 'ਚ ਪਹਿਲੀ ਵਾਰੀ ਇਤਿਹਾਸ ਹੈ ਕਿ ਅਪੋਜੀਸ਼ਨ ਦੀ ਲੇਡੀ ਤੋਂ ਡਰ ਕੇ ਉਸਨੇ ਲੰਬੀ ਪਿੰਡ ਦੇ ਵਿੱਚ ਰੈਲੀ ਰੱਖੀ ਹੈ ਇੱਧਰ ਬੈਂਸ ਬ੍ਰਦਰ ਉਹ ਧਾਰਮਿਕ
ਮੁੱਦਾ ਬਣਾ ਕੇ ਉਹ ਕੱਟ ਕਰਨ 'ਚ ਲੱਗੇ ਹੋਏ ਨੇ। ਉੱਧਰ ਬਰਗਾੜੀ ਵਾਲੇ ਉਹ ਹਿਲ ਗਏ ਨੇ, ਉਹ ਉਸ ਦਿਨ ਰੈਲੀ ਰੱਖ ਰਹੇ ਨੇ। ਇਹ ਸਿਰਫ ਅਤੇ ਸਿਰਫ ਹੁਣ ਇਹ ਤੋਂ ਸਾਫ਼ ਜ਼ਾਹਿਰ ਹੋ ਗਿਆ ਕਿ ਸਾਰਾ ਜਿਹੜਾ ਸੀਗਾ ਇਹ ਧਾਰਮਿਕ ਜਿਹੜਾ ਮੁੱਦਾ ਚੁੱਕ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਮੁੱਦਾ ਚੁੱਕ ਸੀ, ਰਾਜਨੀਤੀ ਹੋ ਰਹੀ ਸੀ, ਇਹ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਉਣ ਵਾਸਤੇ ਹੋ ਰਹੀ ਸੀ। ਉਹ ਇਹਨਾਂ ਰੈਲੀਆਂ ਤੋਂ ਕਲੀਅਰ ਹੋ ਗਿਆ ਅਤੇ ਪਟਿਆਲਾ ਰੈਲੀ ਜਿਹੜੀ ਇਹਨਾਂ ਦੀ ਜੜ੍ਹਾਂ ਹਿਲਾ ਕੇ ਰੱਖੀ। ਮੁਸਲਿਮ ਭਾਈਚਾਰੇ ਵੱਲੋਂ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਇਹਦੇ ਵਿੱਚ ਕਿੰਨੇ ਕੁ ਵਰਕਰ ਭਾਗ ਲੈ ਰਹੇ ਨੇ? ਅੱਜ ਵੱਡੇ ਤੌਰ 'ਤੇ ਮੁਸਲਿਮ ਭਾਈਚਾਰਾ ਸਕੱਤਰ, ਜਨਰਲ ਸਕੱਤਰ, ਮੁਸਲਿਮ ਦੀ ਸਮੁੱਚੀ ਟੀਮ ਅੱਜ ਡਿਵੀਜ਼ਨ ਜਿੱਥੇ ਵੈਲਕਮ ਕਹੇਗੀ ਉੱਥੇ ਆਪਣੀ ਡਿਊਟੀਆਂ ਦੇ ਹਿਸਾਬ ਨਾਲ ਪਹਿਲ ਦੇ ਆਧਾਰ 'ਤੇ ਪਟਿਆਲਾ ਪਹੁੰਚ ਕੇ ਕੈਪਟਨ ਸਾਹਿਬ ਦੀ ਜੜ੍ਹਾਂ ਹਿਲਾਓ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਅਤੇ ਹਰਜੀਤ ਦੁਗਰੀ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।